ਆਣੇ ਨੇ ਅਸਲਾਮ ਵਾਲੇਕੁਮ ਦੋਸਤੋ ਮੈਂ ਤੁਹਾਡਾ ਮੇਜ਼ਬਾਨ ਮੀਆਂ ਮੁਹੰਮਦ ਅਫਜ਼ਲ ਬੱਟੂ ਤੇ ਅੱਜ ਮੈਂ ਆਪਣੇ ਦੋਸਤਾਂ ਵਾਸਤੇ ਲਿਆਇਆ ਖਾਸ ਕਰਕੇ ਕਿਸਾਨ ਦੀ ਗੰਦਮ ਦੀ ਫਸਲ ਤੇ ਇਹ ਤੁਸੀਂ ਵੇਖ ਰਹੇ ਜੇ ਗੰਦਮ ਦੀ ਕਟਾਈ ਹੋ ਚੁੱਕੀ ਹੈ 15 ਏਕੜ ਹੈ ਤੇ ਇਹ ਪੱਲੇਦਾਰ ਲੱਗੇ ਹੋਏ ਨੇ ਤੋੜੇ ਭਰ ਰਹੇ ਨੇ ਤੋੜਿਆਂ ਨੂੰ ਭਰਨ ਤੋਂ ਬਾਅਦ ਫਿਰ ਜਿਹਨਾਂ ਲੋਡਿੰਗ ਵੀ ਹੁੰਦੀ ਪਈ ਹੈ ਤੇ ਇਹ ਮੈਂ ਪੈਗਾਮ ਇਸ ਵਾਸਤੇ ਦੋਸਤਾਂ ਨਾਲ ਸ਼ੇਅਰ ਕਰਦਾ ਪਿਆਂ ਕਿਉਂਕਿ ਕਿਸਾਨ ਜਿਹੜਾ ਹੈ ਨਾ ਖਾਸ ਕਰਕੇ ਪਾਕਿਸਤਾਨੀ ਕਿਸਾਨ 6 ਤੋਂ 7 ਮਹੀਨੇ ਲੱਗ ਜਾਂਦੇ ਨੇ ਤਕਰੀਬਨ ਇਹ ਫਸਲ ਤਿਆਰ ਕਰਨ ਤੇ ਤੇ ਕਾਫੀ ਖਰਚੇ ਨਾਲ ਇਹ ਤਿਆਰ ਹੁੰਦੀ ਹੈ ਤੇ ਜਿਸ ਤਰੀਕੇ ਚੰਦ ਦਿਨ ਪਹਿਲੇ ਵੀ ਇਸ ਗੰਦਮ ਤੇ ਦਰਮਿਆਨ ਵਿੱਚ ਵੀ ਨਾ ਕਾਫੀ ਅੰਧੇਰ ਤੇ ਬਾਰਿਸ਼ਾਂ ਹੋਈਆਂ ਸਨ ਜਿਸ ਨੇ ਨੇ ਬੜਾ ਡਿਸਟਰਬ ਕੀਤਾ ਇਹ ਗੰਦਮ ਨੂੰ ਤੇ ਗੰਦਮ ਡਿੱਗ ਪਈ ਸੀ ਜਿਹੜੀ ਗੰਦਮ ਨੇ 60 ਮਣ ਜਾਂ 70 ਮਣ 60 ਤੋਂ 65 ਮਣ ਜਾਂ ਕਮ ਸੇ ਕਮ 50 ਤੋਂ 60 ਮਣ ਤੱਕ ਜਾਣਾ ਸੀ ਨਾ ਉਹ ਗੰਦਮ ਇਸ ਵਾਰੀ ਜਨਾਬ 35 ਤੋਂ 40 ਮਣ ਦੀ ਉਸ ਦੀ ਐਵਰੇਜ ਆਉਂਦੀ ਪਈ ਹੈ ਤੇ ਇਹ ਜਨਾਬ ਨਾ ਸਾਰਾ ਹੀ ਨੁਕਸਾਨ ਜ਼ਮੀਨਦਾਰ ਦੇ ਗਾਲੇ 'ਚ ਪੈਂਦਾ ਹੈਗਾ ਤੇ ਪਾਕਿਸਤਾਨ ਵਿੱਚ ਜਿਹੜੀ ਮੈਂ ਪਹਿਲੇ ਵੀ ਕਾਫੀ ਵੀਡੀਓ 'ਚ ਦੱਸਿਆ ਵੀ ਪਾਕਿਸਤਾਨ ਵਿੱਚ ਇੰਸ਼ੋਰੈਂਸ ਦੀ ਪਾਲਿਸੀ ਜਿਹੜੀ ਹੈ ਨਾ ਕਿਸਾਨ ਨੂੰ ਨਹੀਂ ਮਿਲਦੀ ਤੇ ਕਿਸਾਨ ਬੇਯਕੀਨੀ ਵਿੱਚ ਹੁੰਦਾ ਹੈ ਖਾ ਉਹ ਗੰਦਮ ਦੀ ਫਸਲ ਲਗਾਉਂਦਾ ਹੈ ਖਾ ਚਾਵਲ ਦੀ ਲਗਾਉਂਦਾ ਜਾਂ ਮੱਕੀ ਦੀ ਲਗਾਉਂਦਾ ਹੈ ਹੁਣ ਕੱਲ੍ਹ ਦੀ ਗੱਲ ਹੈ ਕੱਲ੍ਹ ਪਰਸੋਂ ਹਨੇਰ ਆਇਆ ਹੈ ਅਤੇ 2 ਦਿਨ ਹਨੇਰ ਗੁੱਲਿਆ ਅਤੇ ਕਾਫੀ ਵਿੱਚ ਥੋੜ੍ਹੀ ਘਣੀ ਬਾਰਿਸ਼ ਵੀ ਆਈ ਹੈ ਅਤੇ ਕਿਧਰ ਕਿਤੇ ਬਹੁਤ ਜ਼ਿਆਦਾ ਵੀ ਆਈ ਹੈ ਅਤੇ ਉਹਦੇ ਨਾਲ ਕਾਫੀ ਦੋਸਤਾਂ ਨੇ ਸੋਸ਼ਲ ਮੀਡੀਆ 'ਤੇ ਫੇਸਬੁੱਕ 'ਤੇ ਵੀ ਵੇਖਿਆ ਹੋਵੇਗਾ ਜਿਹੜੀ ਮੱਕੀ ਦੀ ਫਸਲ ਹੈ ਨਾ ਬਿਲਕੁਲ ਲੰਬੀ ਹੋ ਗਈ ਸੀ ਅਤੇ ਮੇਰਾ ਖਿਆਲ ਕਿਸਾਨਾਂ ਨੂੰ ਬਹੁਤ ਹੀ ਨੁਕਸਾਨ ਹੋਇਆ ਜਿਹਦੀ ਵਜ੍ਹਾ ਨਾਲ ਉਹਨਾਂ ਦਾ ਹੁਣ ਉਹ ਕਿਸਾਨ ਜਿਹੜੇ ਨੇ ਉਹ ਮੱਕੀ ਦੀ ਜਿਹੜੀ ਉਹ ਫਸਲ ਹੈ ਨਾ ਉਹਨਾਂ ਦਾ ਚਾਰਾ ਬਣਾ ਕੇ ਨਾ ਸੇਲ ਕਰਨ ਲੱਗ ਪੈਂਦੇ ਕੋਈ ਬਾਤ ਨਹੀਂ ਆਪਣੇ ਜਾਨਵਰ ਨੂੰ ਪਾਉਣ ਲੱਗ ਪਏ ਨੇ ਲੇਕਿਨ ਮੇਰਾ ਖਿਆਲ ਉਹ ਬਹੁਤ ਹੀ ਨੁਕਸਾਨਏਬਲ ਹੈ ਬਹੁਤ ਹੀ ਨੁਕਸਾਨ ਹੈ ਅਤੇ ਗੰਦਮ ਜਿਹੜੀ ਹੈ ਇੱਕ ਤਾਂ ਵੇਖੋ 60 ਮਣ ਤੋਂ ਜਾਂ 65 ਮਣ ਤੋਂ ਜਨਾਬ 40 ਮਣ ਦੇ ਆ ਗਈ ਹੈ ਅਤੇ ਇਹ ਕੁਦਰਤੀ ਅਮਲ ਦਖਲ ਹਰ ਫਸਲ ਵਿੱਚ ਹੁੰਦਾ ਹੈ ਅਤੇ ਖਸੂਸਨ ਗੰਦਮ ਵਿੱਚ ਮੱਕੀ ਵਿੱਚ ਅਤੇ ਚਾਵਲ ਦੀ ਫਸਲ 'ਚ ਸਾਰੇ ਜ਼ਿੰਮੇਦਾਰ ਰਹਿੰਦੇ ਹੀ ਇਸ ਕਸ਼ਮਕਸ਼ ਵਿੱਚ ਹੈ ਪਤਾ ਨਹੀਂ ਮੇਰੀ ਫਸਲ ਨਾਲ ਕੀ ਹੋਣਾ ਹੈ ਬਲਕਿ ਬੇਯਕੀਨੀ ਹੁੰਦੀ ਹੈ ਉਸ ਨੂੰ ਜਦੋਂ ਤੂੰ ਬਿਜਾਈ ਕਰਦਾ ਹੈ ਉਸ ਤੋਂ ਲੈ ਕੇ ਮੰਡੀ ਤੱਕ ਜਾਂ ਤੱਕ ਵੇਚ ਅਤੇ ਪੈਸਾ ਉਸ ਦੇ ਕੋਲ ਆਉਂਦਾ ਤਾਂ ਫਿਰ ਉਸ ਨੂੰ ਯਕੀਨ ਆਉਂਦਾ ਵੀ ਮੇਰੀ ਫਸਲ ਵਿਕ ਕੇ ਅਤੇ ਮੰਡੀ ਪਹੁੰਚ ਗਈ ਹੈ ਅਤੇ ਫਿਰ ਜਾ ਕੇ ਉਹ ਸੁੱਖ ਦਾ ਸਾਹ ਲੈਂਦਾ ਅਤੇ ਫਿਰ ਅਗਲੀ ਫਸਲ ਵਾਸਤੇ ਫਿਰ ਤਿਆਰ ਹੋ ਜਾਂਦਾ ਹੈ ਉਸ ਨੂੰ ਬਿਜਾਈ ਕਰਨ ਵਾਸਤੇ ਅਗਲੇ ਪੈਸੇ ਉਸ ਨੂੰ ਮਿਲਦੇ ਹੈਗੇ ਨੇ ਗੰਦਮ ਦੇ ਮਿਲ ਗਏ ਤਾਂ ਉਹ ਗੰਦਮ ਦੇ ਜਿਹੜੇ ਪੈਸੇ ਨਾ ਉਹ ਫਿਰ ਮੁੰਜੀ 'ਤੇ ਲਗਾ ਦਿੰਦਾ ਅਤੇ ਮੁੰਜੀ ਦੇ ਪੈਸੇ ਗੰਦਮ 'ਤੇ ਲਗਾ ਦਿੰਦਾ ਇਸੇ ਕਸ਼ਮਕਸ਼ ਨੇ ਜਿਹੜਾ ਪਾਕਿਸਤਾਨੀ ਕਿਸਾਨ ਹੈ ਨਾ ਆਪਣੀ ਜ਼ਿੰਦਗੀ ਜਿਹੜੀ ਹੈ ਨਾ ਬੜੇ ਆਰਾਮ ਨਾਲ ਗੁਜ਼ਾਰਦਾ ਪਿਆ ਅਤੇ ਇਸ ਸੋਚ ਵਿੱਚ ਗੁਜ਼ਾਰਦਾ ਪਿਆ ਵੀ ਅਗਲੀ ਫਸਲ 'ਤੇ ਅਮੀਰ ਹੋ ਜਾਵਾਂਗਾ ਲੇਕਿਨ ਸਿਆਣੇ ਕਹਿੰਦੇ ਨੇ ਕਿ ਕਿਸਾਨ ਜਿਹੜਾ ਹੈ ਨਾ ਉਸ ਦੀ ਫਸਲ ਅਤੇ ਉਹ ਜਿਸ ਤਰੀਕੇ ਕਹਿੰਦੇ ਨੇ ਖੂਹ ਦੀ ਮੱਟੀ ਖੂਹ ਵਿੱਚ ਮਸਲਾਂ ਗੰਦਮ ਦੇ ਜਿਹੜੇ ਪੈਸੇ ਨੇ ਉਹ ਮੁੰਜੀ ਖਾ ਜਾਂਦੀ ਹੈ ਅਤੇ ਮੁੰਜੀ ਦੇ ਜਿਹੜੇ ਪੈਸੇ ਨੇ ਉਹ ਗੰਦਮ ਖਾ ਜਾਂਦੀ ਹੈ ਇਹ ਸਿਲਸਿਲਾ ਪਾਕਿਸਤਾਨ ਦੇ ਕਿਸਾਨਾਂ ਨਾਲ ਕਾਫੀ ਅਰਸੇ ਤੋਂ ਚੱਲ ਰਿਹਾ ਹੈਗਾ ਅਤੇ ਮੈਂ ਅਪੀਲ ਕਰਨਾ ਗੌਰਮੈਂਟ ਆਫ ਪਾਕਿਸਤਾਨ ਨੂੰ ਵੀ ਕੋਈ ਇਸੇ ਤਰ੍ਹਾਂ ਦਾ ਜਿਹੜਾ ਹੈ ਨਾ ਇਹ ਨਿਜ਼ਾਮ ਮੁਤਾਰਫ ਕਰਵਾਇਆ ਜਾਵੇ ਜਿਸ ਨਾਲ ਕੋਈ ਵੀ ਕੁਦਰਤੀ ਆਫਾਤ ਆਉਂਦੀ ਹੈ ਅਤੇ ਕਿਸਾਨਾਂ ਦੀ ਫਸਲ ਖਰਾਬ ਹੁੰਦੀ ਹੈ ਅਤੇ ਗੌਰਮੈਂਟ ਉਸ ਦਾ ਜ਼ਿੰਮਾ ਲਵੇ ਅਤੇ ਗੌਰਮੈਂਟ ਉਸ ਦੀ ਇੰਸ਼ੋਰੈਂਸ ਲਵੇ ਇੰਸ਼ੋਰੈਂਸ ਲਵੇ ਤਾਂ ਜਿੰਨਾ ਨੁਕਸਾਨ ਹੋਵੇ ਤਾਂ ਗੌਰਮੈਂਟ ਉਸ ਦਾ ਪੇ ਕਰੇ ਹਾਂ ਇਸ ਵਿੱਚ ਅਗਰ ਕੋਈ ਗੌਰਮੈਂਟ ਟੈਕਸ ਵੀ ਲਗਾਉਣਾ ਚਾਹੇ ਬਲਕਿ ਪਹਿਲੇ ਕਾਫੀ ਲਗਾਏ ਹੋਏ ਨੇ ਅਤੇ ਅਗਰ ਕੋਈ 1% ਜਾਂ 2% ਵਸੂਲੀ ਕਰੇ ਅਤੇ ਫਿਰ ਉਸ ਨੂੰ ਯਕੀਨੀ ਬਣਾਇਆ ਜਾਵੇ ਵੀ ਉਹਨਾਂ ਦੀ ਫਸਲ ਅਗਰ ਕਿਸੇ ਦਾ ਨੁਕਸਾਨ ਹੋ ਜਾਂਦਾ ਹੈ ਕਿਸੇ ਵਜ੍ਹਾ ਤੋਂ ਵੀ ਤਾਂ ਗੌਰਮੈਂਟ ਪੇ ਕਰੇਗੀ ਅਤੇ ਹੁਣ ਮੈਂ ਤੁਹਾਡੇ ਸਾਰੇ ਦੋਸਤਾਂ ਦਾ ਸ਼ੁਕਰੀਆ ਅਦਾ ਕਰਨਾ ਜਿਨ੍ਹਾਂ ਨੇ ਇਸ ਵੀਡੀਓ ਵੇਖੀ ਅਤੇ ਮੈਨੂੰ ਇਸ ਦੇ ਬਾਰੇ ਕਮੈਂਟ ਕਰਕੇ ਲਾਜ਼ਮੀ ਦੱਸਣਾ ਅਗਰ ਕਿਸੇ ਚੀਜ਼ ਦੀ ਕਮੀ ਹੋਈ ਹੈ ਤਾਂ ਅਗਲੀ ਵੀਡੀਓ 'ਚ ਮੈਂ ਪੂਰੀ ਕਰਾਂਗਾ ਇਨਸ਼ਾਅੱਲਾ ਤਾਲਾ ਜ਼ਰਾਤ ਦੇ ਬਾਰੇ ਹੋਵੇ ਅਤੇ ਮੇਡ ਇਨ ਪਾਕਿਸਤਾਨ ਦੇ ਬਾਰੇ ਹੋਵੇ ਹੁਣ ਮੈਂ ਤੁਹਾਡੀ ਇਜਾਜ਼ਤ ਚਾਹਨਾ ਤੁਹਾਡਾ ਮੇਜ਼ਬਾਨ ਮੀਆਂ ਮੁਹੰਮਦ ਅਫਜ਼ਲ ਬੱਟੂ ਅੱਲਾ ਹਾਫਿਜ਼ ਪਾਕਿਸਤਾਨ ਜ਼ਿੰਦਾਬਾਦ।